एतिमान चैनल देख रहे सारे दर्शकों का मैं मनप्रीत सिमी कर दी निघा स्वागत। होर वधेरे जानकारी दे लई बने रहो साडे चैनल दे नाल। ਅਸੀਂ ਸਾਡਾ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਅਮਰਜੀਤ ਧਮਾਨ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਅਸੀਂ ਪਹੁੰਚੇ ਹਾਂ ਮੋਹਾਲੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ, ਜਿੱਥੇ ਕਿ ਮੁਲਾਜ਼ਮਾਂ ਵੱਲੋਂ ਕਾਫੀ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਚੱਲ ਰਹੀ ਹੈ। ਅਤੇ ਆਓ ਗੱਲਬਾਤ ਕਰਦੇ ਹਾਂ ਇਹਨਾਂ ਮੁਲਾਜ਼ਮਾਂ ਦੇ ਨਾਲ ਕਿ ਇਹਨਾਂ ਦੀਆਂ ਕੀ ਮੰਗਾਂ ਨੇ ਅਤੇ ਕੀ ਇਹ ਚਾਹੁੰਦੇ ਨੇ। ਸੋ ਇਹ ਸਾਰੀ ਜਾਣਕਾਰੀ ਲੈਣ ਦੇ ਲਈ ਬਣੇ ਰਹੋ ਸਾਡੇ ਇਹ ਧਮਾਨ ਚੈਨਲ ਦੇ ਨਾਲ। ਤੇ ਆਓ ਗੱਲਬਾਤ ਕਰਦੇ ਆ ਇਹਨਾਂ ਦੀ ਯੂਨੀਅਨ ਦੇ ਪ੍ਰਧਾਨ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਸ਼ੋਅ ਨਾਮ ਜੀ? ਮੇਰਾ ਜੀ ਗੁਰਮੁਖ ਸਿੰਘ, ਪ੍ਰਧਾਨ ਮੈਂ ਡੀਸੀ ਦਫ਼ਤਰ ਯੂਨੀਅਨ ਮੋਹਾਲੀ। ਹਾਂਜੀ। ਤੇ ਆਪਣੀਆਂ ਕੀ ਮੰਗਾਂ ਨੇ ਇਹ ਜੋ ਤੁਸੀਂ ਮੰਗ ਕਰ ਰਹੇ ਹੋ ਆਪਣਾ ਮੁੱਖ ਮੰਤਰੀ ਸਾਹਿਬ ਕੋਲੋਂ? ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਬੇਸਿਕ ਵਿਭਾਗੀ ਮੰਗਾਂ ਸਾਡੀਆਂ ਜ਼ਿਆਦਾ ਨੇ, ਜਿਹੜੀਆਂ ਸਾਂਝੇ ਫਰੰਟ ਵਾਲੀਆਂ ਮੰਗਾਂ ਉਹ ਵੀ ਵਿੱਚ ਸ਼ਾਮਲ ਨੇ। ਜਿਵੇਂ ਕਿ ਸਾਡੇ ਪ੍ਰਮੋਸ਼ਨ ਕੋਟਾ ਬਹਾਲ ਕਰੋ, ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੈਕਲੋਗ ਪਿਆ ਭਰੀਆਂ ਜਾਣ ਜੀ, ਜਿਹਦੇ ਵਿੱਚ ਅਸਿਸਟੈਂਟ ਹੋ ਗਏ, ਸੁਪਰਡੈਂਟ ਗ੍ਰੇਡ 1 ਹੋ ਗਏ, 2 ਹੋ ਗਿਆ, ਇਸ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਸਾਡੀਆਂ ਹੈਗੀਆਂ। ਅਤੇ ਜਿਹੜੀਆਂ ਪਿਛਲੀਆਂ ਮੰਗਾਂ ਸਰਕਾਰ ਮੰਨ ਚੁੱਕੀ ਹੈ, ਪਿਛਲੀਆਂ ਮੀਟਿੰਗਾਂ ਦੇ ਵਿੱਚ ਜਿਹੜਾ ਵਾਅਦੇ ਕੀਤੇ ਸੀਗੇ ਅਸੀਂ ਲੈਟਰ ਜਾਰੀ ਕਰ ਦਾਂਗੇ, ਅਸੀਂ ਉਹ ਲੈਟਰ ਜਾਰੀ ਕਰਵਾਉਣ ਲਈ ਸੰਘਰਸ਼ 'ਤੇ ਬੈਠੇ ਹਾਂ। ਹਾਂਜੀ। ਇਹ ਜੇ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੁਸੀਂ ਇਹ ਧਰਨਾ ਕਦੋਂ ਤੱਕ ਜਾਰੀ ਰੱਖੋਗੇ? ਨਹੀਂ ਦੇਖੋ ਜੀ, ਅਸੀਂ 24 ਤਰੀਕ ਤੋਂ ਲਗਾਤਾਰ ਸਮੂਹਿਕ ਛੁੱਟੀ 'ਤੇ ਚੱਲ ਰਹੇ ਹਾਂ। ਸਾਡੀ ਪਹਿਲਾਂ ਮੀਟਿੰਗ FCR ਸਾਹਿਬ ਨਾਲ ਹੋਈ, ਸਾਡੇ ਸਟੇਟ ਸੂਬਾ ਬੋਡੀ ਦੀ। ਅੱਜ ਜਿਹੜੀ ਸਾਡੀ ਸੂਬਾ ਬੋਡੀ ਦੀ ਮੀਟਿੰਗ ਹੈ ਰੈਵੀਨਿਊ ਮਿਨਿਸਟਰ ਸਾਹਿਬ ਅਤੇ FCR ਸਾਹਿਬ ਨਾਲ ਉੱਚ ਅਧਿਕਾਰੀ ਨਾਲ ਚੱਲਦੀ ਸੀਗੀ, ਉਹ ਖਤਮ ਹੋ ਚੁੱਕੀ ਆ। ਉਹਦੇ 'ਚ ਕੀ ਫੈਸਲਾ ਹੋਇਆ, ਸਰਕਾਰ ਨੇ ਕੀ ਮੰਗਿਆ, ਕਿਵੇਂ ਹੋਇਆ ਜੀ, ਉਹ ਹਲੇ ਉਹਦੀ ਜਿਹੜੀ ਰੂਪ ਰੇਖਾ ਆਉਣੀ ਬਾਕੀ ਆ, ਉਹ ਤੋਂ ਆਉਣ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਵੀ ਅਗਲੀ ਕੀ ਆ। ਜੇਕਰ ਨਹੀਂ ਮੰਨੀਆਂ ਜਾਂਦੀਆਂ ਤਾਂ ਅਣਮਿੱਥੇ ਸਮੇਂ ਲਈ ਹੀ ਸਮੂਹਿਕ ਛੁੱਟੀ ਜਾਰੀ ਰਹੇਗੀ ਜੀ। ਹਾਂਜੀ। ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸਮੂਹ ਕਰਮਚਾਰੀਆਂ ਵੱਲੋਂ ਪਿਛਲੇ 24 ਮਈ ਤੋਂ ਸਮੂਹਿਕ ਛੁੱਟੀ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਮੋਹਾਲੀ ਇਕਾਈ ਵੱਲੋਂ ਵੀ ਇਹੀ ਫੈਸਲਾ ਲਿਆ ਗਿਆ ਕਿ ਜੋ ਸੂਬਾ ਬਾਡੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਡੀਸੀ ਦਫ਼ਤਰ ਕਾਮਿਆਂ ਦੀ 24 ਮਈ ਤੋਂ ਚੱਲੀ ਆ ਰਹੀ ਸਮੂਹਿਕ ਛੁੱਟੀ ਦੀ ਹੜਤਾਲ ਮਾਲ ਮੰਤਰੀ ਨਾਲ ਮੀਟਿੰਗ ਤੋਂ ਬਾਅਦ 2 ਦਿਨਾਂ ਲਈ ਮੁਲਤਵੀ ਕੀਤੀ ਜਾਂਦੀ ਹੈ। ਇਹਨਾਂ ਦੋਵਾਂ ਦਿਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪੱਧਰ 'ਤੇ ਗੇਟ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਅਤੇ ਜ਼ਰੂਰੀ ਲੋਕ ਸੇਵਾਵਾਂ ਦੇ ਮੁਲਾਜ਼ਮ ਹਿੱਤ ਨਾਲ ਜੁੜੇ ਕੰਮ ਕੀਤੇ ਜਾਣਗੇ। ਜੇਕਰ ਸਰਕਾਰ ਨੇ ਇਹਨਾਂ ਦੋਵਾਂ ਦਿਨਾਂ ਅੰਦਰ ਮੀਟਿੰਗ ਵਿੱਚ ਕੀਤੇ ਫੈਸਲਿਆਂ ਵਿੱਚੋਂ ਕੁਝ ਮੰਗਾਂ ਨਾਲ ਸੰਬੰਧਿਤ ਪ੍ਰਗਤੀ ਪੱਤਰ ਸਾਹਮਣੇ ਨਾ ਆਏ ਤਾਂ ਸ਼ਨੀਵਾਰ ਮਿਤੀ 12/6/2021 ਨੂੰ ਸੂਬਾ ਬਾਡੀ ਵੱਲੋਂ ਵਰਚੁਅਲ ਰਿਵਿਊ ਮੀਟਿੰਗ ਕੀਤੀ ਜਾਵੇਗੀ। ਇਸ ਉਪਰੰਤ ਸੂਬਾ ਬਾਡੀ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਅਨੁਸਾਰ ਸੰਘਰਸ਼ ਅੱਗੇ ਵਧਾਇਆ ਜਾਵੇਗਾ। ਡੀਸੀ ਦਫ਼ਤਰ ਯੂਨੀਅਨ, ਪੰਜਾਬ ਸਰਕਾਰ, ਪੰਜਾਬ ਸਰਕਾਰ, ਮਾਲ ਮੰਤਰੀ, ਮਾਲ ਮੰਤਰੀ, ਵਿੱਤ ਮੰਤਰੀ, ਵਿੱਤ ਮੰਤਰੀ, ਕੈਪਟਨ ਸਰਕਾਰ, ਪੰਜਾਬ ਸਰਕਾਰ, ਮੁਲਾਜ਼ਮ ਏਕਤਾ, ਮੁਲਾਜ਼ਮ ਏਕਤਾ, ਡੀਸੀ ਦਫ਼ਤਰ ਯੂਨੀਅਨ, ਡੀਸੀ ਦਫ਼ਤਰ ਯੂਨੀਅਨ। ਹੋਰ ਵਧੇਰੇ ਦਿਲਚਸਪ ਤੇ ਰੋਚਕ ਖਬਰਾਂ ਦੇਖਣ ਦੇ ਲਈ ਬਣੇ ਰਹੋ ਸਾਡੇ ਏਤਿਮਾਨ ਚੈਨਲ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।